ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦਾ ਅੰਤਿਮ ਸੰਸਕਾਰ ਸਿੱਖ ਧਰਮ ਦੀ ਰਵਾਇਤਾਂ ਅਨੁਸਾਰ ਉਹਨਾਂ ਦੇ ਜੱਦੀ ਪਿੰਡ ਜ਼ਿਲ੍ਹਾ ਜਲੰਧਰ ਦੇ ਪਿੰਡ ਡੱਲੀ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਭਾਈ ਹਰਮਿੰਦਰ ਸਿੰਘ ਮਿੰਟੂ ਦੀ ਅੰਤਿਮ ਯਾਤਰਾ 'ਚ ਉਹਨਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਵੱਖ ਵੱਖ ਸਿੱਖ ਧਰਮ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਾ ਸਿੱਖ ਧਾਰਮਿਕ ਜਥੇਬੰਦੀ ਦੇ ਨੁਮਾਇੰਦਿਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਭਾਈ ਹਰਮਿੰਦਰ ਸਿੰਘ ਮਿੰਟੂ ਦੀ ਅੰਤਿਮ ਯਾਤਰਾ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਮਿੰਟੂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕੇ ਤੋਂ ਇਲਾਵਾ ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ ਜਿੰਦਾਬਾਦ ਦੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਆਪਣੀ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਭਾਈ ਹਰਮਿੰਦਰ ਸਿੰਘ ਮਿੰਟੂ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਭਰਾ ਲਖਵਿੰਦਰ ਸਿੰਘ ਨੇ ਦਿਖਾਈ, ਜਦੋਂ ਕਿ ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਤੋਂ ਇਲਾਵਾ ਜਥੇਦਾਰ ਅਮਰੀਕ ਸਿੰਘ ਅਜਨਾਲਾ, ਭਾਈ ਸੁਖਜੀਤ ਸਿੰਘ ਤੋਂ ਇਲਾਵਾ ਕਈ ਸੰਗਠਨਾਂ ਦੇ ਪ੍ਰਤੀਨਿਧ ਹਾਜ਼ਰ ਸਨ।
ਜੀ ਦਾਸ ਬਗੀਚਾ ਸਿੰਘ ਰੱਖਿਆ ਹੈਗਾ ਅਤੇ ਆਪਣੇ ਦੇ ਚੈਨਲ ਦੱਸਣਾ ਚਾਹੁੰਦਾ ਕਿ ਜੋ ਭਾਈ ਹਰਮਿੰਦਰ ਸਿੰਘ ਮਿੰਟੂ ਸੀ ਇਹਨਾਂ ਦੇ ਦਿਲ ਦੇ ਵਿੱਚ ਪ੍ਰੋਬਲਮ ਸੀਗੀ, ਵਾਲ ਪਏ ਹੋਏ ਸੀਗੇ, ਪਰ ਸਰਕਾਰ ਨੇ ਇਹਨਾਂ ਦਾ ਟਾਈਮ ਸਿਰ ਇਲਾਜ ਨਾ ਕਰਕੇ ਅਤੇ ਨਾ ਹੀ ਇਹਨਾਂ ਦਾ ਕੋਈ ਵਧੀਆ ਟ੍ਰੀਟਮੈਂਟ ਕਰਾਇਆ, ਨਾ ਇਹਨਾਂ ਨੂੰ ਹੋਸਪਿਟਲ ਲੈ ਗਿਆ, ਜਿਹਦੇ ਕਰਕੇ ਇਹਨਾਂ ਦੀ ਜੇਲ੍ਹ ਦੇ ਵਿੱਚ ਡੈਥ ਹੋ ਗਈ। ਇਹਨਾਂ ਨੂੰ ਜਦੋਂ ਉਲਟੀਆਂ ਲੱਗੀਆਂ ਜੇਲ੍ਹ ਦੇ ਵਿੱਚ ਅਤੇ ਪ੍ਰਸ਼ਾਸਨ ਨੇ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਕਿ ਜਾ ਕੇ ਇਹਨਾਂ ਦਾ ਕੋਈ ਵਧੀਆ ਤਰੀਕੇ ਨਾਲ ਇਲਾਜ ਜਾਂ ਇਹਨਾਂ ਨੂੰ ਬਾਹਰ ਹੋਸਪਿਟਲ ਲਿਆ ਜਾਏ। ਬਿਲਕੁਲ ਜੀ, ਜਗਤਾਰ ਸਿੰਘ ਹਵਾਰਾ ਜੀ ਅਜਿਹੇ ਦਾ ਸ੍ਰੀ ਅਕਾਲ ਤਖ਼ਤ ਸਾਹਿਬ, ਉਹ ਤਿਹਾੜ ਜੇ ਦਿੱਲੀ 'ਚ ਬੰਦੇ, ਉਹਨਾਂ ਦੇ ਵੀ ਇਹ ਪ੍ਰੋਬਲਮ ਹੈ, ਰੀੜ੍ਹ ਦੇ ਡਿੱਜ ਦਰਦ ਹੁੰਦੀ ਹੈ, ਉਹਨਾਂ ਦਾ ਵੀ ਇਲਾਜ ਨਹੀਂ ਕਰਾਇਆ ਜਾ ਰਿਹਾ। ਹਾਈ ਕੋਰਟ ਨੇ ਵੀ ਆਰਡਰ ਕੀਤਾ ਜੇਲ੍ਹ ਦਿੱਲੀ ਸੈਂਟਰ ਜੇਲ੍ਹ ਨੂੰ ਵੀ ਇਹਨਾਂ ਦਾ ਇਲਾਜ ਕਰਾਇਆ ਜਾ, ਪਰ ਇਹ ਬੜੀ ਇੱਕ ਤਰਾਸ ਦੀ ਗੱਲ ਆ ਵੀ ਜਿਹੜਾ ਇਹ ਪ੍ਰਸ਼ਾਸਨ ਆ ਇਹ ਬਿਲਕੁਲ ਕੋਰਟ ਦਾ ਵੀ ਨਹੀਂ ਗੱਲ ਮੰਨਦਾ, ਕਾਨੂੰਨ ਦੀ ਗੱਲ ਵੀ ਨਹੀਂ ਮੰਨਦਾ। ਅਤੇ ਹਵਾਰਾ ਸਾਹਿਬ ਨੂੰ ਇਹ ਪ੍ਰੋਬਲਮ ਹੈ, ਹੋਰ ਸਾਡੇ ਦਿਆ ਸਿੰਘ ਲਾਹੌਰੀਆ ਜੀ ਨੇ ਜੇਲ੍ਹ 'ਚ ਉਹਨਾਂ ਨੂੰ ਇਹ, ਹੋਰ ਕਈਆਂ ਸਿੰਘਾਂ ਨੂੰ ਪ੍ਰੋਬਲਮ ਹੈਗੀ ਆ, ਪਰ ਇਹ ਜਿਹੜੀ ਸਰਕਾਰ ਆ ਇਹ ਸਿੰਘਾਂ ਨੂੰ ਜੇਲ੍ਹਾਂ ਵਿੱਚ ਹੀ ਮਾਰਨਾ ਚਾਹੁੰਦੀ ਆ, ਉਹਨਾਂ ਦਾ ਇਲਾਜ ਨਹੀਂ ਕਰਾਇਆ ਜਾਂਦੇ। ਇਹ ਇਸ ਕਰਕੇ ਸਿੱਖ ਕੌਮ 'ਚ ਬੜੇ ਵੱਡਾ ਰੋਸ ਇਹ ਗੱਲ ਦਾ ਅਤੇ ਸਰਕਾਰ ਨੂੰ ਇੱਕ ਦਿਨ ਇਹਦੀ ਗੱਲ ਦਾ ਜਿਹੜਾ ਦੇਣਾ ਪਏਗਾ ਜਵਾਬ ਇਹਦਾ। ਭਾਈ ਸਾਹਿਬ, ਭਾਈ ਤਰਜਿੰਦਰ ਸਿੰਘ ਜੀ ਨੇ ਬੜਾ ਲੰਮਾ ਸਮਾਂ ਸਿੱਖ ਕੌਮ ਦੇ ਹੱਕਾਂ ਦੀ ਖਾਤਰ ਬਹੁਤ ਵੱਡਾ ਸੰਘਰਸ਼ ਕੀਤਾ ਔਰ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬਹੁਤ ਵੱਡਾ ਸੰਤਾਪ ਭੋਗ ਰਹੇ ਸਨ। ਪਿਛਲੇ ਦਿਨੀ ਉਹਨਾਂ ਦਾ 18 ਤਰੀਕ ਨੂੰ ਅਕਾਲ ਚਲਾਉਣਾ ਹੋਇਆ, ਜੋ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਤਰ੍ਹਾਂ ਦਾ ਉਹਨਾਂ ਨੇ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਇਹ ਸ਼ਿਕਾਇਤ ਕੀਤੀ ਸੀ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਹੈ, ਮੇਰਾ ਬਾਹਰਲੇ ਕਿਸੇ ਵੱਡੇ ਹੋਸਪਿਟਲ ਦੇ ਵਿੱਚ ਇਲਾਜ ਕਰਾਇਆ ਗਿਆ। ਲੇਕਿਨ ਸਰਕਾਰ ਨੇ ਔਰ ਪ੍ਰਸ਼ਾਸਨ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਔਰ ਨਾ ਹੀ ਉਹਨਾਂ ਦਾ ਇਲਾਜ ਕਰਵਾਇਆ ਗਿਆ, ਨਾ ਹੀ ਉਹਨਾਂ ਨੂੰ ਕਿਸੇ ਵੱਡੇ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਲਗਭਗ ਉਹ ਸਾਰੇ ਪੇਸ਼ੈਂਟ ਬਰੀ ਹੋ ਚੁੱਕੇ ਸਨ। ਇਸ ਕਰਕੇ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਹੈ ਇਹ ਇੱਕ ਅਸੀਂ ਸਾਰੇ ਸਮਝਦੇ ਹਾਂ ਸਾਜਿਸ਼ ਵੀ ਹੈ ਔਰ ਇਹ ਜਾਣਬੁੱਝ ਕੇ ਉਹਨਾਂ ਨੂੰ ਕਿਸੇ ਹੋਸਪਿਟਲ ਦੇ ਵਿੱਚ ਐਡਮਿਟ ਨਹੀਂ ਕਰਵਾਇਆ ਗਿਆ, ਇਹਦੀ ਪੂਰਨ ਤੌਰ 'ਤੇ ਜਾਂਚ ਹੋਣੀ ਚਾਹੀਦੀ। ਹਾਂਜੀ, ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ, 28 ਤੋਂ ਲਗਭਗ ਇਹੋ ਜਿਹੇ ਸਿੱਖ ਹੈ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਸਜ਼ਾਵਾਂ ਵੀ ਦਿੱਤੀਆਂ ਕਰ ਚੁੱਕੇ ਹੈ ਪਰ ਅਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਔਰ ਬਹੁਤ ਸਰੀਰਕ ਬਿਮਾਰੀਆਂ ਕਰਕੇ ਵੀ ਪੀੜਤ ਹੈ। 150 ਦੇ ਲਗਭਗ ਹੋਰ ਸਿੰਘ ਵੀ ਜੇਲ੍ਹਾਂ ਦੇ ਉੱਤੇ ਨਜ਼ਰਬੰਦ ਹੈ, ਪੰਜਾਬ ਦੇ ਵਿੱਚ ਜੇਲ੍ਹਾਂ ਦੇ ਉੱਤੇ ਨਜ਼ਰਬੰਦ ਹੈ। ਸੈਂਟਰ ਸਰਕਾਰ ਤੱਕ, ਪੰਜਾਬ ਸਰਕਾਰ ਤੱਕ ਬੜੀ ਮੇਰੀ ਇਹ ਆਵਾਜ਼ ਉਠਾਈ ਗਈ, ਅਪਰੋਚ ਵੀ ਕੀਤੀ ਗਈ ਹੈ ਅਤੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਰਿਹਾਅ ਕੀਤਾ ਜਾਏ, ਲੇਕਿਨ ਉਹਨਾਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ ਗਿਆ। ਕਾਨੂੰਨ ਨੇ ਵੀ ਅਜੇ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ। ਇਸ ਗੱਲ ਦਾ ਸਮੁੱਚੀ ਕੌਮ ਦੇ ਅੰਦਰ ਬੜਾ ਭਾਰੀ ਹਾਂਜੀ, ਉਹਨਾਂ ਦਾ ਜੋ ਇਹ ਘਟਨਾ ਵਾਪਰੀ ਹੈ ਸਾਜਿਸ਼ ਦੇ ਤਹਿਤ ਹੀ ਹੋਇਆ। ਸਾਨੂੰ ਜੋ ਪਤਾ ਲੱਗ ਰਿਹਾ ਉਹ ਤਾਂ ਮੀਡੀਆ 'ਚ ਜੋ ਪਤਾ ਲੱਗਿਆ, ਤਬੀਅਤ ਠੀਕ ਨਹੀਂ ਉਹਨਾਂ ਦੀ, ਹਾਰਟ ਪ੍ਰੋਬਲਮ ਦੱਸੀ। ਹਾਂਜੀ, ਮੈਂ ਤਰੀਕ 'ਤੇ ਮਿਲਿਆ ਸੀ, ਕਦੇ ਮੈਡੀਸਨ ਹੁੰਦੀ ਸੀ ਪ੍ਰੋਪਰ ਜਿਹੜਾ ਮੈਡੀਸਨ ਉਹਨੂੰ ਪ੍ਰੋਵਾਈਡ ਨਹੀਂ ਸੀ, ਕਦੇ ਹੋ ਜਾਂਦਾ ਲੈ ਕੇ ਵਿਜੇ ਵੀ ਲੈ ਕੇ ਗਏ, ਕਦੇ ਲੈ ਕੇ ਜਾਂਦੇ ਕਦੇ ਨਹੀਂ। ਕੱਲ੍ਹ ਵੀ ਜਦੋਂ ਡੈਡ ਬੋਡੀ ਲੈਣ ਗਏ ਤਾਂ ਜੱਜ ਸਾਹਿਬ ਸੀਗੇ, ਉਹਨਾਂ ਨੇ ਪੁੱਛਿਆ ਜਾਣ ਲੈ ਉਹਨਾਂ ਨੇ ਕਿਹਾ ਵੀ ਇਨਕੁਆਰੀ ਹੋਣੀ ਚਾਹੀਦੀ ਜੋ ਵੀ ਹੋਇਆ, ਕਿਉਂਕਿ ਜੋ ਵੀ ਹੋਇਆ ਇਨਕੁਆਰੀ ਹੋਣੀ ਚਾਹੀਦੀ, ਉਹਨੇ ਕਿਹਾ ਮਾਰ ਕੇ ਇਨਕੁਆਰੀ ਹੋਈ।
ਸੀ ਬਹੁਤ ਹੀ ਗੱਲ ਦੱਸਦੇ ਨਹੀਂ ਸਰ, ਮਾਤਾ ਜੀ ਹੁੰਦੇ ਸੀ ਨਾਲ ਸੀ ਕੱਪੜ ਦਾ ਬਹੁਤ ਹੋਰ ਵੀ ਮਿਲੇ ਸੀ, ਤਾਂ ਮਾਤਾ ਜੀ ਉਹ ਦੱਸਦੇ ਨਹੀਂ ਬਹੁਤ। ਇਲਾਜ ਤਾਂ ਮੀਡੀਆ 'ਚ ਹੋ ਗਈ ਉਹ ਵੀ ਕਹਿੰਦੇ ਕਦੇ ਲੈ ਕੇ ਜਾਂਦੇ ਕਦੇ ਸਾਡੇ ਕਰਕੇ ਇਨਕੁਆਇਰੀ ਹੋਣੀ ਚਾਹੀਦੀ ਕਿਸੇ ਵੀ ਚੀਜ਼ ਦੇ ਕਾਰਨ ਕੋਈ ਕੋਰਟ ਦੀ ਡਿਊਟੀ ਆਪਣੀ ਡਿਊਟੀ ਕਰਦਾ ਹਰ ਇੱਕ ਦੀ ਆਪਣੀ ਡਿਊਟੀ ਸਹੀ ਡਿਊਟੀ ਹੋਵੇ ਤਾਂ ਹਰ ਇੱਕ ਦੇਖਦੇ ਸਰ ਸਾਹਮਣੇ ਆਉਣਾ। ਰਫਤਾਰ ਨਿਊਜ਼ ਲਈ ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ।